ਉੱਪਰ ਕਹਿਦਾ ਸੀ ਕੁੜੀ ਤੇਰੇ ਕੰਨਾਂ ਨੂੰ ਕੀ ਹੋਇਆ ਬੇਟਾ ਤੇਰੇ ਕੰਨਾਂ ਨੂੰ ਕੀ ਹੋਇਆ ਉਦੋਂ ਐਂ ਜਿ ਲੱਗਦੀ ਸੀ ਵੀ ਰੱਬ ਨੇ ਆਹ ਕੀ ਕਰਤਾ ਹਨਾ ਵੀ ਸਹੀ ਕਰ ਦਿੰਦੇ ਨੇ ਵਧੀਆ ਤਾਂ ਇਧਰ ਵਿੰਗੇ ਸੀਗੇ ਥੋੜੇ ਨੀਚੇ ਨੂੰ ਇੱਥੇ ਕੱਟ ਲੱਗਿਆ ਹੋਇਆ ਸੀ ਇੱਧਰ ਵੀ ਵਿੰਗਾ ਸੀ ਇੱਥੇ ਕੱਟ ਲੱਗਿਆ ਹੋਇਆ ਸੀ ਇਹ ਸਿਵਲ ਹਸਪੀਟਲ ਸਾਡਾ ਫਰਸਟ ਕੇਸ ਹੀ ਹੈ ਕਿਉਂਕਿ ਇਸ ਤਰ੍ਹਾਂ ਦਾ ਕੇਸ ਹੀ ਫਰਸਟ ਟਾਈਮ ਆਇਆ ਮੇਰੇ ਕੋਲ ਬਹੁਤ ਜਗ੍ਹਾ ਗਏ ਅੰਮ੍ਰਿਤਸਰ ਪਟਿਆਲਾ ਗਏ ਬਠਿੰਡਾ ਸਾਰੇ ਜਗ੍ਹਾ ਹੀ ਦੇਖਿਆ ਵੀ ਸਹੀ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਸੀ ਮੈਡਮ ਬਹੁਤ ਵਧੀਆ ਸੋ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਮੈਡਮ ਕਿ ਗਾਰੰਟੀ ਨਹੀਂ ਲੈ ਸਕਦੇ ਕਿ 100% ਬਹੁਤ ਅੱਛਾ ਰਿਜ਼ਲਟ ਆਏਗਾ ਹੀ ਬਟ ਮਰੀਜ਼ ਨੂੰ ਇੰਨਾ ਸੀ ਤਸੱਲੀ ਦਿੱਤੀ ਸੀ ਕਿ ਪਹਿਲਾਂ ਨਾਲੋਂ ਬੈਟਰ ਹੋ ਜਾਣਗੇ ਕੁਲਵਿੰਦਰ ਕੌਰ ਆ ਜੀ ਅਸੀਂ ਲੋਕਲ ਬਠਿੰਡਾ ਤੋਂ ਹੀ ਜੀ ਕੀ ਗੱਲ ਹੋਈ ਸੀ ਤੁਹਾਡੇ ਕੰਨਾਂ ਨੂੰ ਮੇਰੇ ਕੰਨ ਜੀ ਵਾਏ ਵਾਰਤ ਜਮਾਂਦਰੂ ਸੀਗੇ ਕਿਸ ਤਰ੍ਹਾਂ ਸੀਗੇ ਕੀ ਸਮੱਸਿਆ ਸੀ ਸਰ ਇਸ ਤਾਂ ਇਧਰ ਵਿੰਗੇ ਸੀਗੇ ਥੋੜੇ ਨੀਚੇ ਨੂੰ ਇੱਥੇ ਕੱਟ ਲੱਗਿਆ ਹੋਇਆ ਸੀ ਇਧਰ ਵੀ ਵਿੰਗਾ ਸੀ ਇੱਥੇ ਕੱਟ ਲੱਗਿਆ ਹੋਇਆ ਸੀ ਜਿਹੜਾ ਸੁੰਗਾ ਕਰਦਾ ਉਹ ਸਹੀ ਸੀਗਾ ਹਾਂਜੀ ਸੁੰਦਾ ਵਗੈਰਾ ਵਧੀਆ ਸੀ ਫਿਰ ਕਿਤੋਂ ਇਹ ਤਰ੍ਹਾਂ ਇਲਾਜ ਕਰਾਉਣਾ ਚਾਹਿਆ ਤੁਸੀਂ ਹਾਂਜੀ ਅਸੀਂ ਬਹੁਤ ਜਗ੍ਹਾ ਗਏ ਜੀ ਅੰਮ੍ਰਿਤਸਰ ਪਟਿਆਲਾ ਗਏ ਬਠਿੰਡਾ ਸਾਰੇ ਜਗ੍ਹਾ ਹੀ ਦੇਖਿਆ ਵੀ ਸਹੀ ਕਰਾਉਣ ਵਾਸਤੇ ਕੋਸ਼ਿਸ਼ ਕੀਤੀ ਸੀ ਫਿਰ ਕੀ ਕਿਹਾ ਉਹਨਾਂ ਡਾਕਟਰ ਉਹ ਡਾਕਟਰ ਸਰ ਕਹਿੰਦੇ ਸੀ ਅੰਮ੍ਰਿਤਸਰ ਵਾਲੇ ਤਾਂ ਕਹਿੰਦੇ ਸੀ ਵੀ ਤੁਹਾਡਾ 5-6 ਲੱਖ ਰੁਪਏ ਲੱਗ ਜਾਏਗਾ ਇੱਥੇ ਰਹਿਣਾ ਪਏਗਾ 2 ਮਹੀਨੇ ਤੇ ਵੀ ਪਰ ਸਾਡੀ ਗਾਰੰਟੀ ਕੋਈ ਨਹੀਂ ਵੀ ਤੁਹਾਡੇ ਸਹੀ ਹੋ ਜਾਣਗੇ ਜਾਂ ਨਹੀਂ ਹੋ ਜਾਣਗੇ ਜਾਂ ਇਸ ਤੋਂ ਖਰਾਬ ਹੋ ਜਾਣਗੇ ਜਾਂ ਇਸ ਤੋਂ ਵਧੀਆ ਹੋ ਜਾਣਗੇ ਸਾਡਾ ਕੋਈ ਨਹੀਂ ਫਿਰ ਹੋਰ ਤੋਂ ਵੀ ਕਿਸੇ ਤੋਂ ਫਿਰ ਅਸੀਂ ਪਟਿਆਲਾ ਗਏ ਸੀਗੇ ਪਟਿਆਲਾ ਅਰਜਿੰਦਰਾ ਹਸਪੀਟਲ ਗਏ ਸੀ ਉਹ ਵੀ ਕਹਿੰਦੇ ਤੁਹਾਡਾ 2-3 ਲੱਖ ਰੁਪਏ ਲੱਗ ਜੂ ਸਰਕਾਰੀ ਦੇ ਵਿੱਚ ਉਸ ਤੋਂ ਬਾਅਦ ਅਸੀਂ ਬਠਿੰਡਾ ਗਏ ਡਾਕਟਰ ਵਡਿਆਲ ਹਸਪੀਟਲ ਦੇ ਵਿੱਚ ਕਰਵਾਇਆ ਸੀ ਅਸੀਂ ਇੱਧਰ ਵਾਲੇ ਕੰਨ ਦਾ ਥੋੜੀ ਪਿੱਛੋਂ ਜਗ੍ਹਾ ਲੈ ਕੇ ਕਰਵਾਇਆ ਸੀ ਉਹਨਾਂ ਨੇ ਉਥੋਂ ਵੀ ਸਾਡਾ 50-60 ਹਜ਼ਾਰ ਰੁਪਏ ਲੱਗ ਗਿਆ ਸੀ ਤੇ ਫਿਰ ਕੁਝ ਠੀਕ ਹੋਇਆ ਸੀ ਨਹੀਂ ਜੀ ਕੋਈ ਠੀਕ ਨਹੀਂ ਹੋਇਆ ਸਾਨੂੰ ਕੋਈ ਮਨ ਨੂੰ ਤਸੱਲੀ ਨਹੀਂ ਹੋਈ ਵੀ ਠੀਕ ਹੋ ਗਿਆ ਤੇ ਫਿਰ ਉਹਨਾਂ ਨੇ ਟੋਟਲ ਕਿੰਨਾ ਕਿਹਾ ਸੀ ਕਿੰਨਾ ਖਰਚਾ ਉਹਨਾਂ ਨੇ ਟੋਟਲ ਕਿਹਾ ਸੀ ਵੀ ਲੱਗ ਜੂ 4-4.5 ਲੱਖ ਰੁਪਏ ਵੀ 3 ਸੈਟਿੰਗਸ 1 ਕੰਨ ਹੋਊਗਾ 3 ਚੈੱਕ ਹੋਊਗਾ ਫਿਰ ਤੁਸੀਂ ਉਹਨਾਂ ਦਾ ਕਿਰਾਇਆ ਕਰਨ ਤੋਂ ਬਾਅਦ ਉਸ ਤੋਂ ਬਾਅਦ ਸਾਰਾ ਇੰਨੀ ਇਨਕਮ ਨਹੀਂ ਸੀ ਫਾਦਰ ਦੀ ਸਾਰੇ ਸਹੀ ਕਰਵਾਇਆ ਨਹੀਂ ਸੀ ਤੇ ਹੁਣ ਜਦੋਂ ਫਿਰ ਡਾਕਟਰ ਕਿੰਕਾ ਕੋਲ ਸਰਕਾਰੀ ਹਸਪਤਾਲ ਜਾਏ ਇੱਥੇ ਕਿਵੇਂ ਆਏ ਕੋਈ ਲੈ ਕੇ ਆਇਆ ਸੀ ਨਹੀਂ ਸਰ ਇੱਥੇ ਅਸੀਂ ਪੇਸ਼ੈਂਟ ਦੇ ਨਾਲ ਹੀ ਆਏ ਸੀ ਜਦੋਂ ਪੇਸ਼ੈਂਟ ਆਏ ਮੈਡਮ ਕਹਿੰਦੇ ਤੁਹਾਡੇ ਬੇਟੇ ਕੰਨਾਂ ਨੂੰ ਕੀ ਹੋਇਆਗਾ ਵੀ ਤੁਸੀਂ ਆ ਜਾਓ ਵੀ ਮੈਂ ਸੈੱਟ ਕਰ ਸਕਦੀ ਹਾਂ ਅਸੀਂ ਕਿ ਮੈਡਮ ਅਸੀਂ ਵੀ 1 ਮੰਥ ਤੱਕ ਰੁਕ ਕੇ ਆਵਾਂਗੇ ਵੀ ਹਜੇ ਸਾਡੇ ਕੋਲ ਟਾਈਮ ਨਹੀਂ ਫਿਰ ਇਹ ਨਹੀਂ ਮਹਿਸੂਸ ਹੋਇਆ ਵੀ ਇੱਥੇ ਵੀ ਖਰਚਾ ਬੜਾ ਨਾਲ ਨਹੀਂ ਸਰ ਖੁਸ਼ੀ ਹੋਈ ਸਗਾ ਵੀ ਸਹੀ ਹੋ ਜਾਣਗੇ ਸਾਰਿਆਂ ਨੂੰ ਦੱਸਦੇ ਰਹੇ ਵੀ ਕੰਨ ਸਹੀ ਕਰਵਾਉਣੇ ਆ ਤੇ ਫਿਰ ਕਿਸ ਤਰ੍ਹਾਂ ਇਹ ਇਲਾਜ ਹੋ ਗਿਆ ਤੁਹਾਡਾ ਕੋਈ ਸਮੱਸਿਆ ਆਈ ਜਾਂ ਕੋਈ ਨਹੀਂ ਸਰ ਕੋਈ ਦਿੱਕਤ ਨਹੀਂ ਆਈ ਕੋਈ ਪੈਸੇ ਕੋਈ ਜ਼ਿਆਦਾ ਨਹੀਂ ਲੱਗੇ ਮੈਨੂੰ ਜੇ ਬਸ ਥੋੜਾ ਬਹੁਤ ਲੱਗਿਆ ਤੇ ਹੁਣ ਕਿਸ ਤਰ੍ਹਾਂ ਮਹਿਸੂਸ ਕਰਦੇ ਸਰ ਹੁਣ ਤਾਂ ਕੌਨਫੀਡੈਂਸ ਲੈਵਲ ਹੀ ਬਹੁਤ ਹੋ ਗਿਆ ਵੀ ਕੋਈ ਆਈ ਨਹੀਂ ਕਹੂਗਾ ਤੁਹਾਡੇ ਬੇਟੇ ਕੰਨਾਂ ਨੂੰ ਕੀ ਹੋਏਗਾ ਪਹਿਲਾਂ ਲੱਗਦਾ ਸੀ ਕਿ ਕੋਈ ਕਹਿੰਦਾ ਸੀ ਕਿ ਸਰ ਜਦੋਂ ਪਹਿਲਾਂ ਕੋਈ ਕਹਿੰਦਾ ਸੀ ਕੁੜੀ ਤੇਰੇ ਕੰਨਾਂ ਨੂੰ ਕੀ ਹੋਇਆ ਬੇਟੇ ਤੇਰੇ ਕੰਨਾਂ ਨੂੰ ਕੀ ਹੋਇਆ ਉਦੋਂ ਐਂ ਜਿ ਲੱਗਦਾ ਸੀ ਵੀ ਰੱਬ ਨੇ ਆਹ ਕੀ ਕਰਤਾ ਹਨਾ ਵੀ ਸਹੀ ਕਰ ਦਿੰਦੇ ਨੇ ਵਧੀਆ ਉਹ ਕਰਕੇ ਤੇ ਹੁਣ ਤਾਂ ਕੁਝ ਮਹਿਸੂਸ ਹੁੰਦੀ ਹੈ ਹਾਂਜੀ ਹੁਣ ਤਾਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਮੈਡਮ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਕੀ ਕਹਿਣਾ ਚਾਹੋਗੇ ਮੈਡਮ ਮੈਡਮ ਬਹੁਤ ਵਧੀਆ ਸੋ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਮੈਡਮ ਡਾਕਟਰ ਸਾਹਿਬ ਕੀ ਨਾਮ ਹੈ ਤੇ ਕਿਹੜਾ ਹਸਪੀਟਲ ਮੇਰਾ ਨਾਮ ਡਾਕਟਰ ਪ੍ਰਿਯੰਕਾ ਸਿੰਗਲਾ ਹੈ ਮੈਂ ਸਿਵਲ ਹਸਪੀਟਲ ਬਠਿੰਡਾ ਵਿੱਚ ਐਜ਼ ENT ਸਪੈਸ਼ਲਿਸਟ ਕੰਮ ਕਰ ਰਹੀ ਹਾਂ ਇੱਕ ਮਰੀਜ਼ ਦੇ ਤੁਸੀਂ ਕੰਨਾਂ ਦਾ ਕਿਹੜਾ ਆਪਰੇਸ਼ਨ ਕੀਤਾ ਗਿਆ ਉਹ ਕਿਸ ਤਰ੍ਹਾਂ ਸੀ ਕੀ ਸਮੱਸਿਆ ਮਰੀਜ਼ ਨੂੰ ਮੇਨਲੀ ਕੰਨ ਦੀ ਸ਼ੇਪ ਦੀ ਕਾਫੀ ਸਮੱਸਿਆ ਸੀ ਇੱਕ ਕੰਨ ਦੇ ਵਿੱਚ ਇੱਕ ਸਾਈਡ ਤੋਂ ਤਾਂ ਨੀਚੇ ਵਾਲਾ ਕੰਨ ਐਬਸੈਂਟ ਹੀ ਸੀ ਤੇ ਦੂਜੀ ਸਾਈਡ ਕੰਨ ਥੋੜਾ ਜਿਹਾ ਬਾਹਰਲੇ ਪਾਸੇ ਨੂੰ ਮੁੜਿਆ ਹੋਇਆ ਸੀ ਮੈਂ ਇਹਨਾਂ ਨੂੰ ਗਾਈਡ ਕੀਤਾ ਕਿ ਆਪਰੇਸ਼ਨ ਨਾਲ ਸਹੀ ਹੋ ਸਕਦਾ ਹੈ ਆਪਰੇਸ਼ਨ ਤੋਂ ਬਾਅਦ ਰਿਜ਼ਲਟ ਵੀ ਕਾਫੀ ਅੱਛਾ ਆਇਆ ਜਿਵੇਂ ਪਹਿਲੀ ਵਾਰੀ ਇਸ ਤਰ੍ਹਾਂ ਦਾ ਆਪਰੇਸ਼ਨ ਕੀਤਾ ਸੀ ਕਿਤੇ ਮਿੱਤਾ ਨਹੀਂ ਸੀ ਕਿ ਕੀ ਖੋਵੇ ਜਾਂ ਨਾ ਹੋਵੇ ਹਾਂਜੀ ਮੈਂ ਮਰੀਜ਼ ਨੂੰ ਇਹ ਤਾਂ ਸਮਝਾਇਆ ਸੀ ਕਿ ਗਾਰੰਟੀ ਨਹੀਂ ਲੈ ਸਕਦੇ ਕਿ 100% ਬਹੁਤ ਅੱਛਾ ਰਿਜ਼ਲਟ ਆਏਗਾ ਹੀ ਬਟ ਮਰੀਜ਼ ਨੂੰ ਇੰਨਾ ਅਸੀਂ ਤਸੱਲੀ ਦਿੱਤੀ ਸੀ ਕਿ ਪਹਿਲਾਂ ਨਾਲੋਂ ਬੈਟਰ ਹੋ ਜਾਣਗੇ ਹੁਣ ਜਿਵੇਂ ਇਹਨਾਂ ਦੀ ਸ਼ੇਪ ਠੀਕ ਹੋ ਗਈ ਇਸ ਤਰ੍ਹਾਂ ਰੋਗੀ ਜਾਂ ਕੋਈ ਬਿਨੋ ਕੀ ਤਰ੍ਹਾਂ ਇਹ ਸ਼ੇਪ ਹੁਣ ਚੇਂਜ ਨਹੀਂ ਹੋਏਗੀ ਇਸ ਤਰ੍ਹਾਂ ਹੀ ਰਹੇਗੀ ਕਿ ਫਿਰ ਇਹਦੀ ਖਰਚਾ ਕਿੰਨਾ ਆ ਗਿਆ ਖਰਚਾ ਇੱਥੇ ਸਿਰਫ 150 ਰੁਪਏ ਆਪਰੇਸ਼ਨ ਦੀ ਫੀਸ ਆਈ ਹੈ ਹੋਰ ਕੁਝ ਵੀ ਖਰਚਾ ਨਹੀਂ ਆਇਆ ਕਈ ਵਾਰੀ ਹੋਰ ਵੀ ਮਰੀਜ਼ ਹੁੰਦੇ ਕਿ ਕਈ ਵਾਰੀ ਉਹ ਪੈਸੇ ਨਹੀਂ ਆਉਣਾ ਚਾਹੁੰਦੇ ਡਰਦੇ ਰਹਿੰਦੇ ਕਿਸੇ ਗੱਲ ਤੋਂ
ਜਾਂ ਪੈਸਾ ਵੀ ਨਹੀਂ ਹੁੰਦਾ ਕੋਈ ਗਰੀਬੀ ਹੁੰਦੀ ਹੈ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਐਸੇ ਪੇਸ਼ੈਂਟਸ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਜੇ ਕੋਈ ਦਿੱਕਤ ਹੈ ਤਾਂ ਜ਼ਰੂਰ ਇੱਥੇ ਚੈੱਕਅਪ ਵਾਸਤੇ ਆਓ, ਤਾਂ ਕਿ ਅਸੀਂ ਉਹਨਾਂ ਦਾ ਅਗਰ ਕੁਝ ਫਾਇਦਾ ਕਰ ਸਕੀਏ ਤਾਂ ਸਾਨੂੰ ਵੀ ਅੱਛਾ ਮਹਿਸੂਸ ਹੋਏਗਾ।